ਕਿਸਾਨ ਮੋਰਚੇ ਦੇ ਆਗੂ ਨੇ ਰਾਏ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਮਨਜੀਤ ਜੀ, SSP ਨਾਲ ਮੀਟਿੰਗ ਖਤਮ ਹੋਈ ਹੈ, ਤੁਸੀਂ ਕੀ ਗੱਲ ਰੱਖੀ ਉਹਦੇ ਸਾਹਮਣੇ? ਦੇਖੋ, ਅਸੀਂ ਜਿਹੜੇ ਕੱਲ੍ਹ ਉੱਥੇ ਜਾ ਕੇ ਹੁੱਲੜਬਾਜ਼ੀ ਕੀਤੀ ਹੈ, ਕੁਛ ਲੋਕਾਂ ਨੇ ਸਟੇਜ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਔਰ ਖਾਸ ਕਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭਾਈ ਕੱਲ੍ਹ ਤੁਹਾਡੇ ਪ੍ਰਸ਼ਾਸਨ ਦੇ ਬੰਦੇ ਵੀ ਮੋਹਰੇ ਲੱਗ ਕੇ ਨਾਲ ਜਿਹੜੇ ਇੰਟੈਲੀਜੈਂਸੀ ਦੇ ਉਹ ਸਟੇਜ ਤੱਕ ਲੈ ਕੇ ਜਾਂਦੇ ਨੇ, ਔਰ ਪੁਲਿਸ ਉੱਥੇ ਕੋਈ ਉਹਨਾਂ 'ਤੇ ਕਾਰਵਾਈ ਨਹੀਂ ਕਰਦੀ, ਉਹਨਾਂ ਨੂੰ ਰੋਕਦੀ ਨਹੀਂ। ਇਹਦਾ ਮਤਲਬ ਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਹੈ ਭਈ ਇਹ ਜਿਹੜਾ ਸਾਡੀ ਸਟੇਜ ਨੂੰ ਖਰਾਬ ਕਰਨਾ, ਅੰਦੋਲਨ ਨੂੰ ਖਰਾਬ ਕਰਨਾ ਉਹਨਾਂ ਦੀ ਸਪੋਰਟ ਕਰ ਰਹੇ ਨੇ? ਇਹਦਾ ਮਤਲਬ ਨਜ਼ਰ ਇਹ ਆ ਰਿਹਾ। ਔਰ ਫਿਰ ਮਾਨਯੋਗ SSP ਸਾਹਿਬ ਨੇ ਖੁਦ ਆਖਿਆ ਕਿ ਫੋਨ ਜਦੋਂ ਕੀਤਾ ਇਹਨਾਂ ਨੇ, SHO ਜਿਹੜਾ ਛੰਭੂ ਹੈ ਉਹ 45 ਮਿੰਟ ਤੱਕ ਫੇਰ ਨਹੀਂ ਜਾਂਦਾ, ਇਹਦਾ ਮਤਲਬ ਉਹਦੀ ਮਿਲੀ ਭੁਗਤ ਹੈ ਸਾਰੀ। ਸੋ ਇਸ ਕਰਕੇ ਅਸੀਂ ਮੰਗ ਕੀਤੀ SSP ਸਾਹਿਬ ਤੋਂ ਵੀ ਜਿਹੜੇ ਇਹਦੇ ਵਿੱਚ ਮੁਲਾਜ਼ਮ ਇਨਵੋਲਵ ਨੇ ਜਾਂ ਜਿਹੜੇ ਲੋਕ ਇਨਵੋਲਵ ਨੇ ਉਹਨਾਂ 'ਤੇ ਤੁਰੰਤ ਜਿਹੜੀ FIR ਦਰਜ ਕਰਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਰਾਏ ਸਾਹਿਬ, ਕੱਲ੍ਹ ਦਾ ਕੀ ਪ੍ਰੋਗਰਾਮ ਹੈ? ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ, ਤੁਸੀਂ ਅੱਜ SSP ਨੂੰ ਮੈਮੋਰੈਂਡਮ ਦਿੱਤਾ ਜਾਂ ਆਪਣੀ ਗੱਲ ਰੱਖੀ ਹੈ, ਕੱਲ੍ਹ ਨੂੰ 10 ਵਜੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹੋ, ਉਹਦੇ ਵਿੱਚ ਅਗਲੀ ਰਣਨੀਤੀ ਹੈ ਜਾਂ ਮੋਰਚੇ ਦੀ ਕੋਈ ਰੂਪਰੇਖਾ? ਦੇਖੋ, ਉਹਦੇ ਵਿੱਚ ਅਗਲੀ ਰਣਨੀਤੀ ਵੀ ਥੋੜ੍ਹੀ ਬਹੁਤ ਹੋਏਗੀ, ਪਰ ਜ਼ਿਆਦਾਤਰ ਜਿਹੜਾ ਆ, ਕਿਉਂਕਿ ਇਹ ਪਰਸੈਪਸ਼ਨ ਬਣਾਈ ਜਾ ਰਹੀ ਆ ਕਿ ਲੋਕਲ ਲੋਕ ਸਾਰੇ, ਕਿਉਂਕਿ ਜਿਹੜਾ ਤੁਹਾਨੂੰ ਨਹੀਂ ਅਸੀਂ ਕਹਿੰਦੇ, ਕੁਛ ਜਿਹੜਾ ਗੋਦੀ ਮੀਡੀਆ ਹੈਗਾ ਉਹਨੇ ਸਾਰੇ ਨੇ ਪਰਸੈਪਸ਼ਨ ਬਣਾਈ ਆ ਕਿ ਆਸ ਪਾਸ ਕੇ 50 ਗਾਓਂ ਕੇ ਲੋਕ ਚਲੇ ਗਏ, ਉਹਨਾਂ ਨੇ ਬੋਲਾ ਕਿ ਇਸ ਅੰਦੋਲਨ ਕੋ ਉਖਾੜ ਡਾਲੇਂਗੇ, ਆਸੇ ਚਲੇ ਜਾਓ। ਉਹਨੂੰ ਦੱਸਣ ਵਾਸਤੇ ਕਿ ਸਾਡੇ ਜਿਹੜੇ ਆਸ ਪਾਸ ਦੇ ਗਾਓਂ ਦੇ ਲੋਕ ਆ ਉਹ ਸਾਡੇ ਨਾਲ ਹੈ, ਪੁਆਧ ਦਾ ਏਰੀਆ ਸਾਰਾ ਸਾਡੇ ਨਾਲ ਹੈ। ਇਹ ਕੁਛ ਸ਼ਰਾਰਤੀ ਅਨਸਰ ਨੇ ਜਿਹੜੇ ਪੋਲੀਟੀਕਲ ਮੋਟੋ ਆ ਜਿਹਨਾਂ ਦਾ, ਜਿਹਦੇ ਮਗਰ ਪੋਲੀਟੀਕਲ ਹੱਥ ਹੈ, ਸਿਰਫ ਉਹ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਨੇ। ਲੋਕਲ ਦੇ ਜਿਹੜੀ ਸੰਗਤ ਹੈ ਸਾਰੀ ਉਹ ਸਾਡੇ ਨਾਲ ਹੈ। ਬਿਲਕੁਲ, ਮਨਜੀਤ ਸਿੰਘ ਘੁਮਾਣਾ ਵੀ ਮੇਰੇ ਨਾਲ ਨੇ। ਘੁਮਾਣਾ ਸਾਹਿਬ, ਤੁਸੀਂ ਵੀ ਕੱਲ੍ਹ ਉੱਥੇ ਮੌਜੂਦ ਸੀ ਅਤੇ ਹੁਣ ਮੀਟਿੰਗ 'ਚੋਂ ਵੀ ਬਾਹਰ ਆਏ ਹੋਗੇ, ਅਗਲੀ ਰਣਨੀਤੀ ਕੀ ਲੈ ਕੇ ਸੋਚ ਰਹੇ ਹੋ? ਅਗਲੀ ਰਣਨੀਤੀ ਇਹੀ ਹੈ ਵੀ ਜਿਹੜੇ ਚੰਦ ਬੰਦੇ ਸਾਡੇ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੇ ਆ ਨਾ, ਵੀ ਉਹ ਕੀ ਕਹਿ ਰਹੇ ਨੇ ਵੀ ਅਸੀਂ 20-25 ਪਿੰਡਾਂ ਦੇ ਲੋਕ ਆਏ ਜੀ, ਪਰ ਉਹਨਾਂ ਪਿੰਡਾਂ ਦੇ ਹੀ ਲੋਕ ਹਟਾ ਮੋਰਚੇ 'ਚ ਬੈਠੇ ਹੈ, ਕਿ ਉਹ ਜਿਹੜਾ ਪੁਆਧ ਦਾ ਟੁੱਲ, ਅਸੀਂ ਖੁਦ ਪੁਆਧ ਨੂੰ ਬਿਲੋਂਗ ਕਰਦੇ ਹਾਂ, ਖੁਦ ਮੇਰਾ ਪੁਆਧ ਦੇ ਵਿੱਚ ਪਿੰਡ ਪੈਂਦਾ ਹੈਗਾ, ਅਸੀਂ ਮੋਰਚੇ ਨਾਲ ਡਟ ਕੇ ਖੜੇ ਹਾਂ। ਜਥੇਬੰਦੀ ਤੋਂ ਬਿਨਾਂ ਵੀ ਜਿਹੜੇ ਆਗੂ ਨੇ ਸਾਡੇ ਮੁੰਡੇ ਨੇ, ਨੌਜਵਾਨ ਮਿੱਤਰ ਪਿਆਰੇ ਸਾਰੇ ਖੜੇ ਹੈ, ਜਿਹੜੇ ਉਦਣ ਦੇ ਲੰਗਰ ਲਾਉਣ ਲੱਗੇ ਹੋਏ ਹੈ, ਉਦਣ ਦੇ ਚਾਹ ਦੀ ਸੇਵਾ ਪਾਣੀ ਦੁਖਤ ਸੁੱਖ 'ਚ। ਪਰ ਇਹ ਜਿਹੜੇ 5-4 ਬੰਦੇ ਨੇ ਜਿਹੜੇ ਰੇਤ ਮਾਫੀਆ ਨੇ, ਜਿਹੜੇ ਬੰਦੇ ਹੈਗੇ ਆ ਆਪਣਾ 2 ਨੰਬਰ ਦੇ ਕੰਮ ਹੋਟਲਾਂ ਦੇ ਕਰਨ ਵਾਲੇ, ਢਾਬਿਆਂ ਦੇ ਕਰਨ ਵਾਲੇ, ਉਹਨਾਂ ਬੰਦਿਆਂ ਨੂੰ ਪ੍ਰੋਬਲਮ ਹੋਈ ਹੈ। ਜਿਹੜੇ ਆਪ ਦੇ ਵੀ ਨੇ ਵਿੱਚ ਕੁਛ ਚੰਦ ਲੋਕ BJP ਦੇ ਨੇ, ਜਿਨ੍ਹਾਂ ਨੇ ਇਹ ਮੋਰਚੇ ਨੂੰ ਖਰਾਬ ਕਰਨ ਦੀ ਗੱਲ ਕਰੀ ਹੈ। ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਵੀ ਇਹ ਹਰਕਤਾਂ ਨਾ ਕਰੋ, ਕਿਉਂਕਿ ਇਹ ਹਰਕਤਾਂ ਤੁਹਾਡੇ 'ਤੇ ਹੀ ਮਹਿੰਗੀਆਂ ਪੈਣੀਆਂ ਨੇ। ਕੱਲ੍ਹ ਨੂੰ ਤੁਸੀਂ ਇੱਥੇ ਰਹਿਣਾ, ਮੋਰਚਾ ਠੀਕ ਹੈ, ਬਾਰਡਰ ਖੁੱਲ੍ਹ ਗਿਆ, ਅਸੀਂ ਅੱਗੇ ਦਿੱਲੀ ਚਲੇ ਜਾਣਾ, ਕਿਉਂਕਿ ਜਿਹੜਾ ਬਾਰਡਰ ਬੰਦ ਕਰਿਆ ਹੋਇਆ ਉਹਨਾਂ ਲੋਕਾਂ ਨੂੰ ਵੀ ਪਤਾ ਵੀ ਬਾਰਡਰ ਹਰਿਆਣੇ ਦੀ BJP ਸਰਕਾਰ ਨੇ ਬੰਦ ਕਰਿਆ ਅਤੇ ਸੈਂਟਰ ਨੇ ਬੰਦ ਕਰਿਆ ਹੋਇਆ। ਪਰ ਉਹਨਾਂ ਲੋਕਾਂ ਨੇ ਜਾਣ ਕੇ ਵੀ ਇਹ ਜੀ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ, ਕਿਸਾਨ ਇੱਦਾਂ ਕਰਦੇ, ਜਦਕਿ ਤੁਸੀਂ ਖੜੇ ਹੋ ਪੱਤਰਕਾਰ ਵੀਰ ਸਾਡੇ ਸਾਰੇ, ਤੁਸੀਂ ਉਦਣ ਦੇ ਉੱਥੇ ਦੇਖ ਰਹੇ ਹੋ 13 ਫਰਵਰੀ ਜਦੋਂ ਦਾ ਮੋਰਚਾ ਲੱਗਿਆ ਵੀ ਰਸਤਾ ਸਾਰਾ ਉਹਨਾਂ ਰੁਕਿਆ, ਪਰ ਇਹ ਜਾਣ ਬੁੱਝ ਕੇ ਮੋਰਚੇ ਨੂੰ ਬਦਨਾਮ ਕਰਨ ਕਰਕੇ ਕਰਨ ਲੱਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਕੌਮੀ ਪ੍ਰਧਾਨ ਨੇਗੇ ਮਨਜੀਤ ਸਿੰਘ ਘੁਮਾਣਾ, ਜਿਨ੍ਹਾਂ ਨੇ ਕਿਹਾ ਕਿ ਸਾਡਾ ਹਰਿਆਣੇ ਦੇ ਲੋਕਾਂ ਨਾਲ ਕੋਈ ਵੈਰ ਨਹੀਂ ਹੈਗਾ, ਅਸੀਂ ਸਿਰਫ ਆਪਣੇ ਪ੍ਰੋਟੈਸਟ ਕਰਕੇ ਉੱਥੇ ਬੈਠੇ ਹਾਂ, ਅਤੇ ਅੱਜ ਅਸੀਂ SSP ਪਟਿਆਲਾ ਨੂੰ ਆਪਣੀਆਂ ਮੰਗਾਂ ਦੱਸੀਆਂ ਨੇ ਕਿ ਜਿਹੜੇ ਲੋਕਾਂ ਨੇ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ। ਸੋ ਕੱਲ੍ਹ ਨੂੰ ਇੱਕ ਵਾਰੀ ਫਿਰ ਜਿਹੜੇ ਕਿਸਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਤੈਅ ਕਰਨਗੇ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।